सब्सक्राइब करो निडर आवाज टीवी नू ते ताजा वीडियोस पाउन लई बेल दा बटन दबाओ। खेतां च अग लगाउण तों होया झगड़ा, गोली लगन नाल इक व्यक्ति जख्मी। जीरा नेड़ले पिंड वाड़ा वरियाम सिंह विखे अग लगाउण नू लै के होए झगड़े दौरान गोली चलन नाल इक व्यक्ति जख्मी दस्सिया जा रहा है, जिस नू सिविल हस्पताल जीरा विखे दाखिल करवाया गया है। इस संबंधी जानकारी दिंदिया मनधीर सिंह पुत्र प्रताप सिंह ने दस्या कि गुरमेल सिंह पुत्र बिकर सिंह वासी वाड़ा वरियाम सिंह वाला ने नाल लगदे खेतां चों अग लगण करके उन्हां दे खेत च लगियां सब्जियां नूं नुकसान पुज्जा, जिस उपरंत उन्हां दी खेत मालक परमजीत सिंह नाल झगड़ा हो गया। उसने दोष लाया कि खेत मालक परमजीत सिंह धिर वल्लों गुरमेल सिंह उपर गोलियां चलाईआं गईआं अते गोली लगण नाल गुरमेल सिंह गंभीर रूप विच जख्मी हो गया, जिस नूं सिविल हस्पताल जीरा विखे लिया गया अते डाक्टरां वल्लों मुढ़ली सहायता देण उपरंत उस नूं रैफर कर दिता गया। इस संबंधी जीरा पुलिस के जांच अधिकारियों का कहना है कि पुलिस वल्लों जख्मी के बयानों के आधार से बनती कानूनी कार्रवाई की जाएगी। जीरा तो हरपाल सिंह खालसा जी, विशेष रिपोर्ट। सर मेरा नाम मनदीप सिंह है जी, सानू प्रताप सिंह है जी, वासी वाड़ा वरियाम सिंह वाला जी, डिस्ट्रिक्ट फिरोजपुर तहसील जीरा जी ਇਹਦੇ ਰਹਿਣ ਵਾਲਾ ਜੀ। ਮੈਂ ਸਰ ਆਪਣੇ ਨਾ ਥਾਂ ਦੇ ਨਾਲ ਨਾਲ ਨਾ ਜੀ ਆਪਣੇ ਥਾਂ ਨਾਲ ਛੱਡ ਕੇ ਜ਼ਮੀਨ ਲੱਗਦੀ, ਉਹਨੂੰ 4 ਫੁੱਟ ਥਾਂ ਛੱਡ ਕੇ ਨਾ ਜੀ ਅਸੀਂ ਮਤਲਬ ਕੰਧ ਕੱਢੀ ਸੀ, ਉਹ ਕੰਧ ਡੇਪੀ ਨਾਲ, ਉਹ ਮਤਲਬ ਵੀ ਯਾਨੀ ਕਿ ਮਿੱਟੀ ਲਏ ਗਏ ਕੰਧ ਨਾਲ, ਕੰਧ ਡੇਪੀ ਹੈ ਜੀ, ਉਹ ਕੰਧ ਡਿੱਗਣ ਦੇ ਕਾਰਨ ਮਤਲਬ ਗਰੀਬ ਆਦਮੀ ਕੰਧ ਕੀਤੀ ਨਹੀਂ ਗਈ। ਉਸ ਤੋਂ ਬਾਅਦ ਅਸੀਂ ਉੱਥੇ ਸਬਜ਼ੀ ਲਾਈ ਆਪਣੀ, ਠੀਕ ਹੈ ਜੀ। ਉਹ ਜ਼ਿਮੀਂਦਾਰ ਬੰਦਾ ਸੀਗਾ ਜੀ ਪਰਮਜੀਤ ਸਿੰਘ, ਹਰਬੰਸ ਸਿੰਘ ਮਾਸਟਰ, ਸਾਨੂੰ ਬਾਪ ਦਾ ਨਾਂ ਹਰਬੰਸ ਸਿੰਘ ਮਾਸਟਰ ਜੀ। ਉਹ ਸਰ ਅਸੀਂ ਕਿਤੇ ਸਬਜ਼ੀ ਦੇ ਤੋਂ ਉਹਨੇ ਨਾ ਕਿਤੇ ਅੱਗ ਲਾਤੀ, ਉਹ ਸਰ ਸਾਰੀ ਸਬਜ਼ੀ ਮੱਚ ਗਈ ਕਿਤੇ, ਅਤੇ ਉਹ ਕਿਤੇ ਚਾਚਾ ਜੀ ਜਿਨ੍ਹਾਂ ਦੇ ਮਤਲਬ ਗੋਲੀ ਲੱਗੀ ਉਹ ਕਿਤੇ ਕਹਿ ਰਹੇ ਵੀ ਯਾਰ ਤੂੰ ਆਹ ਕੀ ਕੀਤਾ, ਅਸੀਂ ਗਰੀਬ ਆਦਮੀ ਹਾਂ ਨਾ ਵੀ ਸਬਜ਼ੀ ਅਸੀਂ ਲਾਈ ਖਾਣ ਜੋਗੀ, ਵੀ ਸਬਜ਼ੀ ਦਾ ਮੁੱਲ ਤੁਹਾਨੂੰ ਪਤਾ ਲੋਕਡਾਊਨ ਚੱਲਦਾ ਜੀ, ਸਬਜ਼ੀ ਕਿੱਥੋਂ ਮਿਲਦੀ ਪਈ ਹੈ ਜੀ। ਅਤੇ ਸਰ ਅਸੀਂ ਗਰੀਬ ਆਦਮੀ ਅਤੇ ਉਹ ਇਸ ਕਰਕੇ ਸਬਜ਼ੀ ਲਾਈ, ਸਰ ਉਹਨੇ ਨਾ ਅੱਗ ਲਾ ਕੇ ਉਹ ਸਰ ਸਾਰੀ ਸਬਜ਼ੀ ਮਚਾਤੀ ਹੈ ਜੀ। ਉਹ ਸਰ ਜਦੋਂ ਸਬਜ਼ੀ ਮਚਾਤੀ ਤਾਂ ਅਸੀਂ ਕਹਿਣ ਲੱਗੇ ਵੀ ਇਹ ਧੱਕਾ ਯਾਰ ਗਰੀਬ ਆਦਮੀ ਨਾਲ, ਉਹ ਕਹਿ ਰਿਹਾ ਕਿ ਇਹਨਾਂ 'ਚ ਕਿਤੇ ਬਹਿਸ ਹੋ ਗਈ, ਪਤਾ ਨਹੀਂ ਚਾਚਾ ਜੀ ਨੇ ਉਹਨੇ ਗਾਲ ਕੱਢੀ, ਚਾਚਾ ਜੀ ਕਹਿੰਦੇ ਚੱਲ ਕੋਈ ਗੱਲ ਨਹੀਂ ਤੇਰੇ ਨਾਲ ਪੰਚਾਇਤ 'ਚ ਗੱਲ ਕਰਾਂਗੇ, ਅਸੀਂ ਬੰਦੇ ਇਕੱਠੇ ਕਰਦੇ ਹਾਂ ਜੀ। ਇਹਨੇ ਕਹਿ ਕੇ ਤਾਂ ਰਫਲ ਕੱਢ ਕੇ ਲਿਆ ਜੀ, ਰਫਲ ਕੱਢ ਕੇ ਫਿਰ ਪਹਿਲਾਂ ਹਵਾਈ ਫਿਰ ਕੀਤੇ ਜੀ, ਪਹਿਲਾਂ ਦਾਦਾ ਜੀ ਨੇ ਫਿਰ ਕੀਤੇ ਜੀ, ਉਦੋਂ ਮਤਲਬ ਹਵਾਈ ਫਿਰ ਕਰਨ ਲੱਗ ਗਏ, ਮੁੜ ਕੇ ਉਹਦਾ ਮੁੰਡਾ ਇੱਟਾਂ ਚਲਾਉਣ ਲੱਗ ਗਿਆ ਜੀ, ਅਸੀਂ ਸਾਈਡ 'ਤੇ ਖੜ੍ਹੇ ਸੀ। ਬਾਅਦ 'ਚ ਉਹਨੇ ਜਦੋਂ ਗੋਲੀ ਚਲਾਈ ਨਹੀਂ 6-7 ਫਿਰ ਕੀਤੇ, ਉਹ ਬਾਅਦ ਚਾਚਾ ਜੀ ਦੇ ਪੱਟ 'ਤੇ ਲੱਗ ਗਿਆ ਜੀ, ਪਹਿਲਾਂ ਮਤਲਬ ਦਾਦੇ ਨੇ ਫਿਰ ਕੀਤਾ ਜੀ ਉਹਦੇ ਨੇ, ਫਿਰ ਮਤਲਬ ਉਹ ਮੁੰਡੇ ਦਾ ਪਿਓ ਫਿਰ ਕਰਦਾ ਰਿਹਾ, ਫਿਰ ਜਿਹੜੇ ਮੁੰਡੇ ਨੇ ਫਿਰ ਕੀਤਾ ਨਾ ਜੀ ਉਹ ਵੱਜਿਆ ਜੀ। ਹਰਬੰਸ ਸਿੰਘ ਮਾਸਟਰ ਆ ਯਾਨੀ ਕਿ ਦਾਦਾ ਜੀ ਦਾ ਨਾਂ ਜੀ, ਅਤੇ ਉਹ ਬੰਦੇ ਨੇ ਜਿਸ ਤੋਂ ਗੋਲ ਲੱਗੀ ਉਹਦਾ ਨਾਂ ਜੀ ਹੈਗਾ ਪਰਮਜੀਤ ਸਿੰਘ ਜੀ, ਅਤੇ ਜਿਹੜਾ ਪੋਤਾ ਉਹਦਾ ਨਾਂ ਹੁਸਨਦੀਪ ਸਿੰਘ ਹੈ ਜੀ। ਸਾਡੇ ਆ ਕਿ ਇਹਨਾਂ ਤਿੰਨਾਂ ਦੋਸ਼ੀਆਂ ਨੂੰ ਜੀ, ਅਸੀਂ ਤਾਂ ਕਹਿੰਦੇ ਜੀ ਇਨਸਾਫ ਦੀ ਮੰਗ ਕਰਦੇ, ਪਰ ਅੱਜ ਸਾਡੇ ਨਾਲ ਹੋਇਆ ਬਹੁਤ ਧੱਕਾ ਜੀ। ਅੱਜ ਵਾੜਾ ਵਰਿਆਮ ਸਿੰਘ ਗੋਲੀ ਚੱਲਣ ਦੀ ਘਟਨਾ ਵਾਪਰੀ ਆ, ਉਹਦੇ ਵਿੱਚ ਗੁਰਮੇਲ ਸਿੰਘ ਪੁੱਤਰ ਬਿਕਰ ਸਿੰਘ ਜਿਹੜਾ ਕਿ ਫੱਟੜ ਹੋ ਗਿਆ, ਜ਼ਖਮੀ ਆ, ਜਿਹੜਾ ਕਿ ਉਹਦੇ ਪੱਟ 'ਚ ਗੋਲੀ ਵੱਜੀ ਆ, ਜੀਰੇ ਤੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਵਿੱਚ ਉਹਨੂੰ ਰੈਫਰ ਕਰ ਦਿੱਤਾ ਗਿਆ ਹੈ, ਅਤੇ ਤਫਤੀਸ਼ ਜਾਰੀ ਆ, ਉਹਦੇ ਵਿੱਚ ਜਿਹੜੇ ਦੋਸ਼ੀ ਹੋਣਗੇ ਉਹਨਾਂ 'ਤੇ ਬਣਦੀ ਕਾਰਵਾਈ ਕੀਤੀ ਜਾਵੇ। ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਅਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈੱਲ ਦਾ ਬਟਨ ਦਬਾਓ।